पट्टी हलके के पिंड चंबल विच कांग्रसी आगुआं वल्लों धक्केशाही जारी है। अकाली दल की महिला आगू जसविंदर सिंह जस्सी के घर विच कांग्रसी आगू दाखिल हो गए अते दो लड़के अते उन्हां दे भांजे नूं सट्टां ला दित्तियां जिस नाल ओह जख्मी हो गए। हरप्रीत सिंह थेरों तों इत्थे आ रहा सी जिद्दां चंबलीआं मेरी मासी जी रहिंदे आ ते इद्दां मैं सड़क ते आउंदा मेरे गाड़ी गड्डी नोवा सी एकदम पिछे पिछे मैं आ रहा सी ते ए पिछे मोटरसाइकल ते जिहड़े बंदे अपने गल पे आ रहे सी इन्हां दा टब्बर जो वी ते न्याणे मोटरसाइकल दे परिवार दे न्याणे ते मैं कुछ अगे अपना नंग चुका ते ए मोटरसाइकल चिक्कड़ी मीह पैण दे कारण पिछे मोटरसाइकल क्लिक गया डिपिया ते आ के ते बाद घरे आ के ते मेरे गले पै गए। साधु आ जिहड़ा हुण नवां सरपंच बनना ना जिन्हें ए आंदा ए बंदे पै मेरे गल नवां सरपंच इहदे पोतरे पै। इस बारे जसविंदर कौर ने कहा कि ओह कांग्रसी आगू साडे नाल विधानसभा चोणां दे वेले तों ही रंजिश रखदा सी ਤੁਸੀਂ ਅਕਾਲੀ ਦਲ ਨੂੰ ਵੋਟਾਂ ਕਿਉਂ ਪਾਈਆਂ ਅਤੇ ਆਨੇ ਬਹਾਨੇ ਸਾਡੇ ਨਾਲ ਲੜਾਈ ਲੈਂਦਾ ਰਹਿੰਦਾ ਸੀ। ਉਹਨਾਂ ਨੇ ਕਿਹਾ ਕਿ ਕੱਲ੍ਹ ਜਦ ਮੈਂ ਘਰ ਵਿੱਚ ਨਹੀਂ ਸੀ ਤਾਂ ਇਹਨਾਂ ਨੇ ਸਾਡੇ ਲੜਕਿਆਂ 'ਤੇ ਇਹ ਇਲਜ਼ਾਮ ਲਗਾ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਸਾਡੇ ਲੜਕਿਆਂ ਨੂੰ ਜੋ ਕਿ ਮੋਟਰਸਾਈਕਲ 'ਤੇ ਆਪਣੇ ਪਰਿਵਾਰ ਨਾਲ ਆ ਰਹੇ ਸੀ ਗੱਡੀ ਨਾਲ ਸਾਈਡ ਮਾਰ ਕੇ ਥੱਲੇ ਸੁੱਟ ਦਿੱਤਾ ਏ ਜਿਸ ਕਰਕੇ ਇਹਨਾਂ ਦਾ ਸਾਰਾ ਪਰਿਵਾਰ ਹੀ ਉਹਨਾਂ ਦੇ ਘਰ ਆਉਣ ਪਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਘਟਨਾ ਦਾ ਵੀ ਆਪਣੇ ਚੰਬਲ ਪਿੰਡ ਦੀ ਆ, ਮੈਂ ਅਕਾਲੀ ਦਲ ਨਾਲ ਸੰਬੰਧਿਤ ਹੈ, ਅਕਾਲੀ ਦਲ ਦੀ ਸਪੋਰਟ ਕੀਤੀ ਆ। ਇਹਨਾਂ ਨੇ ਇਹ ਰੰਜਿਸ਼ ਰੱਖੀ ਆ, ਪਹਿਲਾਂ ਵੀ ਉਦੋਂ ਇਲੈਕਸ਼ਨ ਦੇ ਵਿੱਚ ਵੀ ਮੇਰੇ ਬੱਚਿਆਂ ਨੂੰ ਬੜਾ ਘੇਰਦੇ ਰਹੇ ਆ, ਬੜਾ ਕਰਦੇ ਰਹੇ ਆ। ਹੁਣ ਇਲੈਕਸ਼ਨ ਆਉਣ ਵਾਲੀ, ਫਿਰ ਅਸੀਂ ਪਿੰਡ ਦੇ ਵਿੱਚ ਸੰਤੋਖ ਸਿੰਘ ਸ਼ਾਹ ਉਹਦੀ ਮਦਦ ਕਰਦੇ ਹਾਂ। ਇਹ ਦੂਸਰੀ ਪਾਰਟੀ ਕਾਂਗਰਸ ਵੱਲੋਂ ਆਪਣੇ ਵੱਲੋਂ ਖੜਾ ਹੋਇਆ, ਕਹਿੰਦਾ ਕਿ ਮੇਰੀ ਮਦਦ ਕਰੋ, ਡਰਾ ਧਮਕਾ ਕੇ ਆਪਣੇ ਵੱਲ ਲਿਆਉਣਾ ਚਾਹੁੰਦਾ। ਮੇਰੀ ਗੈਰਾਜ ਦੇ ਵਿੱਚ ਮੇਰੇ ਬੱਚਿਆਂ ਦੇ ਗਲ ਪਿਆ, ਘਰ ਆ ਗਏ, ਕੁੱਟਮਾਰ ਕੀਤੀ, ਸਾਰਾ ਕੁਛ ਸਾਡੇ CCTV ਕੈਮਰੇ ਦੇ ਵਿੱਚ ਕੈਦ ਹੋਇਆ ਵਾ ਜੋ ਕੁਛ ਵੀ ਇਹਨਾਂ ਕੀਤਾ ਵਾ। ਇਹ ਲੜਾਈ ਦੇ ਰੰਜਿਸ਼ ਆਏ ਸੀ, ਪੰਜੇ ਸੇ ਨਾਲ ਜਨਾਨੀਆਂ ਮੇਰੇ ਲੈ ਕੇ ਆਏ ਆਪਣੀਆਂ ਅਤੇ ਮੇਰੀ ਗੈਰਾਜ ਜਿਹੜੀ ਸਾਰਾ ਕੁਛ ਹੋਇਆ, ਮੈਂ ਜਾ ਕੇ ਪੁਲਿਸ ਨੂੰ ਰਿਪੋਰਟ ਦਿੱਤੀ ਆ, ਸਾਰਾ ਕੁਛ ਕੀਤਾ ਅਤੇ ਪੁਲਿਸ ਨੇ ਮੇਰੀ ਸੁਣਵਾਈ ਨਹੀਂ ਕੀਤੀ, ਉਲਟਾ ਸਾਨੂੰ ਧਮਕਾਇਆ ਕਿ ਤੁਹਾਡੇ 'ਤੇ ਪਰਚੇ ਹੋਣਗੇ ਅਤੇ ਸਰਕਾਰ ਹੁਣ ਕਿਸ ਗੱਲ ਦਾ ਦਬਾਅ ਆ ਕੇ ਪਰਚੇ ਕਰਨਗੇ? ਸਿਆਸੀ ਦਬਾਅ ਆ ਜੀ ਸਾਰਾ। ਪਰਚਿਆਂ ਵਾਸਤੇ ਕਿਸ ਗੱਲ ਦਾ ਧਮਕੇ? ਸਿਆਸੀ ਦਬਾਅ, ਸਿਆਸੀ ਦਬਾਅ ਹੇਠ ਸਾਰਾ ਕੁਛ ਹੋਣ ਡਿਆ ਜੀ। ਥਾਣੇ ਕੁਛ ਕੀਤਾ ਨੀ, ਫਿਰ ਥੱਲੇ ਮੇਰਾ ਨਿਆਂ ਇਨਸਾਫ ਨਾ ਹੋਊਗਾ, ਫਿਰ ਮੈਂ ਜਿੱਥੋਂ ਤੱਕ ਮੇਰਾ ਹੋਊ ਮੈਂ ਤਾਂ ਤੱਕ ਪਹੁੰਚੂਗੀ। ਕਿਉਂ ਇਹ ਤੇ ਜੋ ਵੀ ਇਹਨਾਂ ਦੀ ਕਾਨੂੰਨੀ ਕਾਰਵਾਈ ਉਹ ਬਣਦੀ ਉਹ ਹੋਣੀ ਚਾਹੀਦੀ ਆ, ਜੇ ਨਾ ਹੋਈ ਤਾਂ ਫਿਰ ਮੈਂ ਬਹਿਣਾ ਤਾਂ ਹੈ ਨਹੀਂ ਕਿ ਮੇਰੇ ਬੱਚਿਆਂ ਦੇ ਮੂੰਹ ਸਿਰ ਪਾੜੇ ਇਹਨਾਂ ਨੇ ਘਰ ਆ ਕੇ, ਇਹਨਾਂ ਦੀ ਜਨਾਨੀਆਂ ਤੱਕ ਮੇਰੇ 'ਤੇ ਆਣ ਕੇ ਇਹਨਾਂ ਨੇ ਤਸ਼ੱਦਦ ਕੀਤਾ ਆ। ਇਹ ਹਮਲਾ ਕਰਨ ਸਾਰਾ ਪਰਿਵਾਰ ਹੀ ਜੀ, ਦੋਵੇਂ ਇਹਨਾਂ ਦੀਆਂ ਜਨਾਨੀਆਂ, ਤਿੰਨੇ ਪੋਤਰੇ, ਦੋਵੇਂ ਸਾਧੂ, ਇਹ ਸਾਰਾ ਪਰਿਵਾਰ ਹੀ ਜਾਣੀ ਕਿ ਵਿੱਚ ਕੈਮਰੇ ਸਾਰਾ ਕੁਛ ਆ ਕੇ ਸਾਡੇ ਕੈਮਰੇ 'ਚ ਕੈਦ ਹੋਇਆ ਸਾਰਾ ਕੁਛ। ਸਾਡੇ ਦੋ ਬੇਟੇ ਆ, ਇੱਕ ਮੇਰਾ ਭਾਂਜਾ ਵਾ ਅਤੇ ਇੱਕ ਮੇਰਾ ਬੇਟਾ, ਹੈ ਹੀ ਘਰੇ ਸੀਗੇ, ਇਹ ਇਹਨਾਂ ਨੂੰ ਸੱਟਾਂ ਲਾ ਗਏ, ਅਸੀਂ ਤਾਂ ਘਰ ਹੀ ਨਹੀਂ ਸਾਡੀ ਗੈਰਾਜਰੀ 'ਚ। ਹੁਣ ਉਲਟਾ ਧਮਕਾਉਂਦੇ ਕਿ ਤੁਹਾਡੀ ਬੇਟੀ ਪੁਲਿਸ 'ਚ ਜਦੀ ਨੌਕਰੀ ਲਵਾ ਦਾਂਗੇ ਜੀ, ਆਹ ਕਰ ਦਾਂਗੇ, ਉਹ ਕਰ ਦਾਂਗੇ, ਅਤੇ ਤੁਸੀਂ ਜੇ ਮਾਵਾਂ ਧੀਆਂ ਨੇ ਕੋਈ ਗੱਲ ਚੁੱਕੀ ਤਾਂ ਤੁਹਾਡੇ 'ਤੇ ਅਸੀਂ ਐਕਸ਼ਨ ਲਵਾਂਗੇ। ਮੈਂ ਤਾਂ ਇਹੀ ਮੰਗ ਕਰਦੇ ਕਿ ਜੇ ਸਾਡੇ ਨਾਲ ਇੰਨਾ ਬੇਇਨਸਾਫੀ ਹੋਣ ਡਈ ਆ, ਧੱਕਾ ਹੋਣ ਡਿਆ, ਸਰਾਸਰ ਪਿੰਡ ਦੇ ਵਿੱਚ ਗੁੰਡਾਗਰਦੀ ਆ ਜੀ, ਅੱਗੇ ਵੀ ਇਹਨਾਂ 'ਤੇ ਇੱਕ ਪਰਚਾ ਆ, ਸਰਾਸਰ ਗੁੰਡਾਗਰਦੀ ਕਰਨ ਡਿਆ, ਜਗ੍ਹਾ ਇਹਨਾਂ ਨੇ ਜਗ੍ਹਾ 'ਤੇ ਕਬਜ਼ਾ ਕੀਤਾ ਆਣ ਕੇ, ਉਹ ਵੀ ਇਹਨਾਂ 'ਤੇ ਪਰਚਾ, ਕਦੀ ਕਿਸੇ ਦੇ ਗਲ ਪੈ ਜਾਂਦੇ, ਕਦੀ ਕਿਸੇ ਦੇ ਪੈ ਜਾਂਦੇ ਆ। ਪੁਲਿਸ ਨੇ ਕੋਈ ਹੈਲਪ ਨਹੀਂ ਕੀਤੀ ਸਾਡੀ ਜੀ, ਕੋਈ ਕਾਰਵਾਈ ਨਹੀਂ ਕਰ ਰਹੀ। ਹਾਂਜੀ, ਅੱਜ ਉੱਚ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ, ਵੇਖੋ ਇਹ ਕੀ ਕਰਦੇ ਆ, ਜੇ ਉਹ ਨਾ ਕਰਨਗੇ ਫਿਰ ਇਸ ਤੋਂ ਉੱਪਰ ਵੀ ਜਾਵਾਂਗੀ ਮੈਂ। ਨਹੀਂ ਜੀ, ਪੁਲਿਸ ਵੀ ਉਲਟਾ ਸਾਨੂੰ ਦੱਬ ਕੇ ਮਾਰਦੇ, ਪੁਲਿਸ ਨੇ ਕੀ ਕਾਰਵਾਈ ਕਰਨੀ? ਉਹ ਉਲਟਾ ਸਾਨੂੰ ਦੱਬ ਕੇ ਮਾਰਦੇ, ਕਿ ਚਾਹੇ ਰਾਜੀਨਾਮਾ ਕਰ ਲਓ, ਨਹੀਂ ਤਾਂ ਤੁਹਾਡੇ 'ਤੇ ਸਿਆਸਤ ਦਬਾਅ ਪਾ ਕੇ ਫਿਰ ਹੋਰ ਤੁਹਾਡਾ ਮਾੜਾ ਹਾਲ ਹੋਊਗਾ। ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ। ਇਸ ਬਾਰੇ ਜਦ ਕਾਂਗਰਸੀ ਆਗੂ ਸਾਧੂ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹਨਾਂ ਨੇ ਫਾਰਚੂਨਰ ਗੱਡੀ ਨਾਲ ਮੇਰੇ ਬੇਟੇ ਅਤੇ ਉਹਨਾਂ ਦੇ ਪਰਿਵਾਰ ਨੂੰ ਟੱਕਰ ਮਾਰੀ ਹੈ। ਜਦ ਅਸੀਂ ਇਹਨਾਂ ਦੇ ਘਰ ਪੁੱਛਣ ਗਏ ਤਾਂ ਇਹਨਾਂ ਕਿਹਾ ਕਿ ਉਹ ਗੱਡੀ ਸਾਡੀ ਨਹੀਂ ਸੀ, ਜਿਸ ਕਰਕੇ ਤਣਾਅ ਵੱਧ ਗਿਆ। ਪਿੰਡ ਚੰਬਲ ਵਿੱਚ ਝਗੜਾ ਹੋਇਆ, ਮੈਂ ਘਰ ਤੋਂ ਥੋੜ੍ਹੀ ਜਿਹੀ ਦੂਰੀ 'ਤੇ ਗਿਆ ਸੀ ਕਿਤੇ ਕੰਮ, ਮੇਰਾ ਬੇਟਾ, ਮੇਰੀ ਨੂੰਹ ਅਤੇ ਮੇਰਾ ਪੋਤਰਾ 3.5 ਸਾਲ ਦਾ, ਇਹ ਸਕੂਲ 'ਚੋਂ ਛੁੱਟੀ ਕਰਾ ਕੇ ਬੇਟੇ ਨੂੰ ਲੈ ਕੇ ਤਰਨ ਤਾਰਨ ਤੋਂ ਵਾਪਸ ਪਿੰਡ ਆ ਰਿਹਾ ਸੀ। ਰਸਤੇ 'ਤੇ ਤਕਰੀਬਨ ਚੰਬਲ ਤੋਂ ਕੋਈ 5-4 ਕਿੱਲੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸ਼ੇਰੋਂ ਵਾਲੀ ਸਾਈਡ ਵਾਲੇ ਬੰਨੇ, ਜਦੋਂ ਇਹ ਆਏ ਤਾਂ ਇਹ ਫੋਰਚੂਨਰ ਗੱਡੀ ਦੇ ਉੱਤੇ ਜਿਹੜਾ ਹੈਪੀ ਆ ਰਿਹਾ ਸੀ, ਇਹਨੇ ਜਦੋਂ ਉਹ ਤਿੰਨੇ ਜਾਣੇ ਜਾ ਰਹੇ ਅਤੇ ਇਹਨੇ ਲਾਗ ਦੀ ਗੱਡੀ ਲੈ ਕੇ ਕੱਢਣ ਲੱਗਾ ਅਤੇ ਇਹਦੀ ਸਾਈਡ ਲੱਗ ਗਈ ਅਤੇ ਉਹ ਡਿੱਗ ਗਈ। ਡਿੱਗਣ ਤੋਂ ਬਾਅਦ ਉਹ ਉੱਥੇ ਡਿੱਗੇ ਰਹੇ ਅਤੇ ਨਾਲ ਜਿਹੜਾ ਮੋਟਰਸਾਈਕਲ ਸੀ ਉਹ ਵੀ ਥੱਲੇ ਡਿੱਗ ਪਿਆ ਅਤੇ ਘੜੀ ਸਿਆ ਨਾਲ ਚਿੱਟੇ ਰੰਗ ਦੀ ਗੱਡੀ ਇਹ ਕੈਨ ਨੂੰ ਗਈ ਆ ਅਤੇ ਆਪਾਂ ਇਹਦਾ ਪਤਾ ਕਰੀਏ ਵੀ ਕੌਣ ਆ।
ਜਦੋਂ ਉਹਦਾ ਪਿੱਛਾ ਕਰਨ ਵਾਸਤੇ ਗਏ ਤਾਂ ਉਹ ਕਹਿਣ ਲੱਗੇ ਵੀ ਇਹ ਗੱਡੀ ਜਿਹੜੀ ਆ ਇਹ ਜੱਸੀ ਦੇ ਘਰ ਵੜੀ ਆ ਅਤੇ ਇਹ ਉਹਨਾਂ ਦਾ ਹੈਪੀ ਜਿਹੜਾ ਭਣੇਵਾ ਵਾ ਉਹਦੀ ਗੱਡੀ ਸੀ। ਇਹਨਾਂ ਦੀ ਮਾਤਾ ਨਾਲ ਚੱਲ ਗਈ ਵੀ ਤੁਸੀਂ ਝਗੜਾ ਨਹੀਂ ਪੁੱਤ ਕਰਨਾ, ਝਗੜਾ ਨਹੀਂ ਆਪਾਂ ਨੂੰ ਕੰਮ ਦੀ ਰੋਡ, ਚੱਲ ਕੋਈ ਨਹੀਂ ਜੇ ਸੱਟਾਂ ਲੱਗ ਗਏ ਤਾਂ ਫਿਰ ਕਿਹਦੀ ਗੱਲ ਆ। ਜਦੋਂ ਉਹਨਾਂ ਦੇ ਘਰ ਜਾ ਕੇ ਇਹਨਾਂ ਨੇ ਪੁੱਛਿਆ ਵੀ ਤੁਸੀਂ ਗੱਡੀ ਲੈ ਕੇ ਮਾਰ ਕੇ ਆ ਜੋ, ਕਹਿੰਦੇ ਸਾਡੀ ਗੱਡੀ ਨਹੀਂ ਹੋਰ ਕਿਸੇ ਦੀ ਗੱਡੀ ਹੋ ਮਾਰਿਆ ਸੀ। ਇੰਨੇ ਨੂੰ ਇਹਨਾਂ ਨੇ ਆਪੋ ਵਿੱਚ ਹੀ ਥੋੜ੍ਹਾ ਹੈਪੀ ਆ ਉਹਨੇ ਧੱਕਾ ਮਾਰਿਆ, ਮੇਰੇ ਮੁੰਡੇ ਨੇ ਵੀ ਧੱਕਾ ਮਾਰਿਆ, ਦੋਨਾਂ ਤਿੰਨਾਂ ਨੇ ਆਪੋ ਵਿੱਚ ਧੱਕੇ ਮਾਰਿਆ ਅਤੇ ਉਹਨੇ ਤੈਨੂੰ ਘਰੋਂ ਭਰਿਆ ਗਿਆ, ਹੋਰ ਕੋਈ ਗੱਲ ਨਹੀਂ। ਇਸ ਮਾਮਲੇ 'ਚ ਥਾਣਾ ਮੁਖੀ ਸਰਹਾਲੀ ਕਵਲਪ੍ਰੀਤ ਸਿੰਘ ਨੇ ਕਿਹਾ ਕਿ ਜਾਂਚ ਜਾਰੀ ਹੈ, ਬਣਦੀ ਕਾਰਵਾਈ ਕੀਤੀ ਜਾਵੇਗੀ। ਕੱਲ੍ਹ ਮਿਤੀ 22 ਤੇ ਪਿੰਡ ਚੰਬਲ ਵਿੱਚ ਸਾਧੂ ਸਿੰਘ ਪੁੱਤਰ ਨੰਦ ਸਿੰਘ ਅਤੇ ਜਸਵਿੰਦਰ ਕੌਰ, ਸਾਧੂ ਸਿੰਘ ਦੇ ਲੜਕਾ ਜਾ ਰਿਹਾ ਸੀ ਮੋਟਰਸਾਈਕਲ 'ਤੇ, ਉਹ ਆਪਣੀ ਫੈਮਿਲੀ ਦੇ ਨਾਲ ਉਹਨੂੰ ਸਾਈਡ ਗੱਡੀ ਦੀ ਸਾਈਡ ਵੱਜਣ ਕਰਕੇ ਉਹ ਡਿੱਗ ਗਿਆ ਸੀ। ਉਹ ਤੋਂ ਬਾਅਦ ਜਿਹੜੇ ਜਸਵਿੰਦਰ ਕੌਰ ਲੇਡੀ ਹੈ ਚੰਬਲ ਪਿੰਡ ਦੀ, ਇਹਨਾਂ ਦਾ ਕੋਈ ਬਾਹਰ ਤਕਰਾਰ ਬੋਲਬਾਲਾ ਹੋਇਆ, ਉਸ ਵਕਤ ਦਰਖਾਸਤਾਂ ਮਿਲੀਆਂ, ਉਹ ਕਾਰਵਾਈ ਕਰ ਰਹੇ ਹਾਂ। ਸਰ ਕੋਈ ਸੀਸੀਟੀਵੀ ਦੀ ਫੁਟੇਜ ਨਹੀਂ, ਅਜੇ ਸਟਿਲ ਸਾਨੂੰ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਨਹੀਂ ਦਿੱਤੀ।